ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਦਾ ਆਪਣਾ ਟੌਪਿਕ ਹੈਗਾ ਪਹਿਲਾ ਐਂਗਲੋ ਸਿੱਖ ਯੁੱਧ। ਅੱਜ ਆਪਾਂ ਇਸ ਟੌਪਿਕ ਦੇ ਟੌਪ 25 ਜਿਹੜੇ ਐਮ ਸੀ ਕਿਊਜ਼ ਨੇ ਉਹ ਆਪਾਂ ਕਰਾਂਗੇ। ਪਹਿਲਾਂ ਇਸ ਟੌਪਿਕ ਦੀ ਜਿਹੜੀ ਕਨਸੈਪਟ ਦੀ ਵੀਡੀਓ ਆ ਗਈ ਉਹ ਚੈਨਲ ਦੇ ਉੱਤੇ ਅਪਲੋਡ ਆ, ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਹੋ। ਅਤੇ ਅੱਜ ਆਪਾਂ ਉਸ ਕਨਸੈਪਟ ਦੇ ਜਿਹੜੇ ਐਮ ਸੀ ਕਿਊਜ਼ ਨੇ ਉਹ ਕਰਾਂਗੇ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਦੇਖਣਾ ਜੀ। ਇਹ ਜਿਹੜੀ ਵੀਡੀਓ ਆ ਗਈ ਪੇਪਰ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰੇਗੀ। ਇਸ ਟੌਪਿਕ ਦੇ ਵਿੱਚੋਂ ਜਿਹੜੇ ਪ੍ਰਸ਼ਨ ਨੇ ਹਰ ਵਾਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਪਹਿਲਾ ਪ੍ਰਸ਼ਨ, ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ। ਪਹਿਲੀ ਹਿਊਂਗਫ, ਦੂਜੀ ਹੈਗੀ ਆ ਲਾਰਡ ਹਾਰਡਿੰਗ, ਤੀਜੀ ਹੈਰੀ ਸਮਿਥ ਅਤੇ ਚੌਥੀ ਹੈਗੀ ਆ ਲਾਰਡ ਆਕਲੈਂਡ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਂਸਰ ਹੈਗਾ ਉਹ ਹੈਗਾ ਜੀ ਲਾਰਡ ਹਾਰਡਿੰਗ। ਇਹ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀਗਾ। ਪ੍ਰਸ਼ਨ ਨੰਬਰ 2, ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ। 1808 ਦੇ ਵਿੱਚ, 1806 ਦੇ ਵਿੱਚ, 1810 ਦੇ ਵਿੱਚ ਜਾਂ 1809 ਦੇ ਵਿੱਚ। ਤਾਂ ਜਿਹੜੀ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆ ਜਾਂਦੀ ਹੈ ਜੀ ਆਪਸ਼ਨ ਨੰਬਰ 4, 1809 ਦੇ ਵਿੱਚ। ਅੰਮ੍ਰਿਤਸਰ ਦੀ ਜਿਹੜੀ ਸੰਧੀ ਸੀਗੀ ਇਹ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀਗੀ। ਪ੍ਰਸ਼ਨ ਨੰਬਰ 3, ਅੰਗਰੇਜ਼ਾਂ ਨੇ ਸ਼ਿਕਾਰਪੁਰ ਉੱਤੇ ਕਦੋਂ ਕਬਜ਼ਾ ਕੀਤਾ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 1833 ਦੇ ਵਿੱਚ, 1834 ਦੇ ਵਿੱਚ, 1835 ਦੇ ਵਿੱਚ, 1836 ਦੇ ਵਿੱਚ। ਤਾਂ ਜਿਹੜਾ ਅੰਗਰੇਜ਼ਾਂ ਨੇ ਸ਼ਿਕਾਰਪੁਰ ਉੱਤੇ ਕਬਜ਼ਾ ਕੀਤਾ ਸੀ ਉਹ ਕੀਤਾ ਸੀ 1835 ਦੇ ਵਿੱਚ। 1835 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਸੀਗੀਆਂ ਫੌਜਾਂ ਸ਼ਿਕਾਰਪੁਰ ਤੋਂ ਵਾਪਸ ਮੰਗਾ ਲਈਆਂ ਸੀ ਅਤੇ ਇਸੇ ਸਾਲ ਦੇ ਦੌਰਾਨ ਹੀ ਜਿਹੜਾ ਅੰਗਰੇਜ਼ਾਂ ਨੇ ਸ਼ਿਕਾਰਪੁਰ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ। ਪ੍ਰਸ਼ਨ ਨੰਬਰ 4, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ? ਚਾਰ ਆਪਸ਼ਨ ਆ ਜਾਂਦੀਆਂ ਨੇ ਜੀ ਆਪਣੇ ਕੋਲ, ਅਗਸਤ 1839, ਦਸੰਬਰ 1839, ਜੂਨ 1839 ਜਾਂ ਜੁਲਾਈ 1839। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆ ਜਾਂਦਾ ਜੀ ਜੂਨ 1839। ਜੂਨ 1839 ਦੇ ਵਿੱਚ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ। ਪ੍ਰਸ਼ਨ ਨੰਬਰ 5 ਜੀ, ਅੰਗਰੇਜ਼ਾਂ ਨੇ ਸਿੰਧ 'ਤੇ ਕਬਜ਼ਾ ਕਦੋਂ ਕੀਤਾ? ਤਾਂ ਚਾਰ ਆਪਸ਼ਨ ਆ ਜਾਂਦੀਆਂ ਨੇ, 1842 ਦੇ ਵਿੱਚ, 1843 ਦੇ ਵਿੱਚ, 1844 ਦੇ ਵਿੱਚ ਜਾਂ 1845 ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆ ਜਾਂਦਾ ਜੀ 1843 ਦੇ ਵਿੱਚ, ਆਪਸ਼ਨ ਨੰਬਰ 2। ਇਹਦੇ ਵਿੱਚ ਇਹ ਹੁੰਦਾ ਜਿਹੜਾ 1842 ਦੇ ਵਿੱਚ ਲਾਰਡ ਆਕਲੈਂਡ ਦੀ ਥਾਂ 'ਤੇ ਲਾਰਡ ਐਲਨਬਰੋ ਨੂੰ ਭਾਰਤ ਦਾ ਨਵਾਂ ਗਵਰਨਰ ਨਿਯੁਕਤ ਕਰ ਦਿੰਦੇ ਨੇ। ਉਸ ਨੇ 1843 ਦੇ ਵਿੱਚ ਸਿੰਧ 'ਤੇ ਕਬਜ਼ਾ ਕਰ ਲਿਆ ਸੀਗਾ। ਅਗਲਾ ਪ੍ਰਸ਼ਨ, ਤ੍ਰੈਪੱਖੀ ਸੰਧੀ ਕਦੋਂ ਹੋਈ? ਚਾਰ ਆਪਸ਼ਨ ਆ ਜਾਂਦੀਆਂ ਨੇ ਜੀ, 26 ਦਸੰਬਰ 1838, 26 ਫਰਵਰੀ 1838, 26 ਮਾਰਚ 1838 ਜਾਂ 26 ਜੂਨ 1838। ਤਾਂ ਇਸ ਦੇ ਵਿੱਚ ਜਿਹੜਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ 26 ਜੂਨ 1838 ਦੇ ਵਿੱਚ। ਇਸ ਲਈ ਵੀਡੀਓ ਦੇ ਵਿੱਚ ਮਿਸਟੇਕ ਦੇ ਨਾਲ ਇਹ 23 ਜੂਨ 1838 ਕਿਹਾ ਗਿਆ, ਜਦਕਿ 26 ਜੂਨ 1838 ਨੂੰ ਜਿਹੜੀ ਹੈਗੀ ਉਹ ਇਹ ਸੰਧੀ ਹੋਈ ਸੀਗੀ। ਪ੍ਰਸ਼ਨ ਨੰਬਰ 7, ਕਿਸ ਅੰਗਰੇਜ਼ ਗਵਰਨਰ ਜਨਰਲ ਨੇ ਸਿੰਧ ਉੱਤੇ ਕਬਜ਼ਾ ਕੀਤਾ? ਚਾਰ ਆਪਸ਼ਨ ਆ ਜਾਂਦੀਆਂ ਨੇ, ਇਹਦੇ ਵਿੱਚ ਆ ਜਾਂਦਾ ਹਿਊਂਗਫ, ਜਾਨ ਲਿਟਰ, ਲਾਰਡ ਐਲਮਰੋ ਅਤੇ ਲਾਰਡ ਆਕਲੈਂਡ। ਅਤੇ ਇਹਦੇ ਵਿੱਚ ਜਿਹੜਾ ਆਪਣੇ ਕੋਲ ਰਾਈਟ ਆਂਸਰ ਆਜੂਗਾ ਜੀ ਉਹ ਆਜੂਗਾ ਲਾਰਡ ਐਲਮਰੋ, ਆਪਸ਼ਨ ਨੰਬਰ 3। ਲਾਰਡ ਆਕਲੈਂਡ ਦੀ ਥਾਂ 'ਤੇ ਜਿਹੜਾ ਇਹ ਭਾਰਤ ਦਾ ਨਵਾਂ ਗਵਰਨਰ ਬਣਿਆ ਸੀਗਾ। ਅਗਲਾ ਪ੍ਰਸ਼ਨ ਜੀ, ਪ੍ਰਸ਼ਨ ਨੰਬਰ 8, ਮੇਜਰ ਬ੍ਰਾਡਫੁੱਟ ਦੀ ਨਿਯੁਕਤੀ ਕਦੋਂ ਹੋਈ? ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, ਨਵੰਬਰ 1842, ਨਵੰਬਰ 1843, ਨਵੰਬਰ 1844, ਨਵੰਬਰ 1845। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆਜੂਗਾ ਜੀ ਨਵੰਬਰ 1843 ਦੇ ਵਿੱਚ। ਮੇਜਰ ਬ੍ਰਾਡਫੁੱਟ ਦਾ ਜਿਹੜਾ ਕੰਮ ਹੁੰਦਾ ਸੀਗਾ ਉਹ ਕੀ ਹੁੰਦਾ ਸੀਗਾ? ਸਿੱਖਾਂ ਨੂੰ ਭੜਕਾਉਣਾ। ਇਹ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਸਿੱਖਾਂ ਨੂੰ ਭੜਕਾਉਂਦਾ ਰਹਿੰਦਾ ਸੀਗਾ, ਕਿਉਂਕਿ ਇਹ ਸੀਗਾ ਜਿਹੜਾ ਸਿੱਖਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਸੀਗਾ। ਪ੍ਰਸ਼ਨ ਨੰਬਰ 9 ਜੀ, ਨਾਭੇ ਦੇ ਰਾਜਾ ਦਵਿੰਦਰ ਸਿੰਘ ਨੇ ਮੋਰੇ ਪਿੰਡ ਉੱਤੇ ਕਦੋਂ ਕਬਜ਼ਾ ਕੀਤਾ? ਇਹਦੇ ਵਿੱਚ ਚਾਰ ਆਪਸ਼ਨ ਆ ਜਾਂਦੀਆਂ ਨੇ, 1842, 1843, 1844 ਜਾਂ 1845। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਂਸਰ ਆਉਂਦਾ ਆਪਣੇ ਕੋਲ ਆਪਸ਼ਨ ਨੰਬਰ 2, 1843 ਦੇ ਵਿੱਚ। ਇਹ ਜਿਹੜਾ ਮੋਰਾ ਪਿੰਡ ਸੀਗਾ ਨਾਭੇ ਦੇ ਸ਼ਾਸਕ ਜਸਵੰਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ 1819 ਦੇ ਵਿੱਚ ਦੇ ਦਿੱਤਾ ਸੀ। ਅੱਗੋਂ ਜਿਹੜਾ ਇਹ ਪਿੰਡ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੇਵਕ ਧੰਨਾ ਸਿੰਘ ਨੂੰ ਦੇ ਦਿੱਤਾ ਸੀ। ਧੰਨੇ ਸਿੰਘ ਦੀ ਨਵੇਂ ਬਣੇ ਰਾਜੇ ਦਵਿੰਦਰ ਸਿੰਘ ਦੇ ਨਾਲ ਅਣਬਣ ਹੋ ਜਾਂਦੀ ਹੈ, ਜਿਸ ਕਰਕੇ ਜਿਹੜਾ ਦਵਿੰਦਰ ਸਿੰਘ ਆ ਉਹ 1843 ਦੇ ਵਿੱਚ ਮੋਰਾ ਪਿੰਡ ਦੇ ਉੱਤੇ ਕਬਜ਼ਾ ਕਰ ਲੈਂਦਾ ਵਾ। ਅਗਲਾ ਪ੍ਰਸ਼ਨ, ਲਾਲ ਸਿੰਘ ਨੂੰ ਲਾਹੌਰ ਦਾ ਵਜ਼ੀਰ ਜਾਂ ਪ੍ਰਧਾਨ ਮੰਤਰੀ ਕਦੋਂ ਨਿਯੁਕਤ ਕੀਤਾ ਗਿਆ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੇ ਨੇ, 8 ਨਵੰਬਰ 1842 ਦੇ ਵਿੱਚ, 8 ਨਵੰਬਰ 1843 ਦੇ ਵਿੱਚ, 8 ਨਵੰਬਰ 1844 ਦੇ ਵਿੱਚ ਜਾਂ 8 ਨਵੰਬਰ 1845 ਦੇ ਵਿੱਚ। ਤਾਂ ਇਹਦੇ ਵਿੱਚ ਰਾਈਟ ਆਂਸਰ ਆਪਣੇ ਕੋਲ ਆ ਜਾਂਦਾ ਵਾ ਜੀ 8 ਨਵੰਬਰ 1845 ਦੇ ਵਿੱਚ। ਇਹਨੂੰ
ਮੰਤਰੀ ਜਾਂ ਵਜ਼ੀਰ ਨਿਯੁਕਤ ਕਰ ਦਿੱਤਾ ਗਿਆ ਸੀ ਲਾਹੌਰ ਦਰਬਾਰ ਦਾ। ਪ੍ਰਸ਼ਨ ਨੰਬਰ 11, ਲਾਰਡ ਹਾਰਡਿੰਗ ਨੇ ਸਿੱਖਾਂ ਦੇ ਨਾਲ ਯੁੱਧ ਦੀ ਘੋਸ਼ਣਾ ਕਦੋਂ ਕੀਤੀ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 13 ਦਸੰਬਰ 1842 ਦੇ ਵਿੱਚ, 13 ਦਸੰਬਰ 1843 ਦੇ ਵਿੱਚ, 13 ਦਸੰਬਰ 1844 ਦੇ ਵਿੱਚ, ਜਾਂ 13 ਦਸੰਬਰ 1845 ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆਊਗਾ, ਉਹ ਆਊਗਾ ਆਪਸ਼ਨ ਨੰਬਰ 4, 13 ਦਸੰਬਰ 1845 ਦੇ ਵਿੱਚ ਯੁੱਧ ਦੀ ਘੋਸ਼ਣਾ ਕਰ ਦਿੰਦਾ। ਪ੍ਰਸ਼ਨ ਨੰਬਰ 12, ਮੁਦਕੀ ਦੀ ਲੜਾਈ ਕਦੋਂ ਹੋਈ? ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 18 ਦਸੰਬਰ 1845 ਦੇ ਵਿੱਚ, 18 ਮਾਰਚ 1845 ਦੇ ਵਿੱਚ, 18 ਜੂਨ 1845 ਦੇ ਵਿੱਚ, ਜਾਂ 18 ਅਗਸਤ 1845 ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਜਿਹੜੀ ਰਾਈਟ ਆਂਸਰ ਆਜੂਗੀ ਉਹ ਆਜੂਗੀ 18 ਦਸੰਬਰ 1845 ਦੇ ਵਿੱਚ, ਆਪਸ਼ਨ ਨੰਬਰ 1। ਇਹ ਜਿਹੜੀ ਮੁਦਕੀ ਦੀ ਲੜਾਈ ਸੀ ਸਿੱਖਾਂ ਦੇ ਅੰਗਰੇਜ਼ਾਂ ਦੇ ਵਿਚਕਾਰ, ਪਹਿਲੀ ਲੜਾਈ ਸੀਗੀ ਜਿਹੜੀ ਮੁਦਕੀ ਥਾਂ ਦੇ ਉੱਤੇ ਹੋਈ ਸੀਗੀ। ਇਸ ਦੇ ਵਿੱਚ ਲਾਲ ਸਿੰਘ ਸੀਗਾ ਜਿਹੜਾ ਸਿੱਖਾਂ ਦੀ ਅਗਵਾਈ ਕਰਦਾ ਸੀ, ਅਤੇ ਜਿਹੜਾ ਲਾਰਡ ਹਿਊਂਗਪ ਸੀਗਾ ਉਸਨੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀਗੀ। ਅਗਲਾ ਪ੍ਰਸ਼ਨ, ਫਿਰੋਜ਼ ਸ਼ਾਹ ਦੀ ਲੜਾਈ ਕਦੋਂ ਹੋਈ? ਤਾਂ ਚਾਰ ਆਪਸ਼ਨ ਆ ਜਾਂਦੀਆਂ ਨੇ ਆਪਣੇ ਕੋਲ, 21 ਦਸੰਬਰ 1845 ਦੇ ਵਿੱਚ, 21 ਮਾਰਚ 1845 ਦੇ ਵਿੱਚ, 21 ਜੂਨ 1845 ਦੇ ਵਿੱਚ, ਜਾਂ 21 ਅਗਸਤ 1845 ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਜਿਹੜੀ ਰਾਈਟ ਆਂਸਰ ਆਜੂਗੀ ਉਹ ਆਜੂਗੀ 21 ਦਸੰਬਰ 1845 ਦੇ ਵਿੱਚ, ਆਪਸ਼ਨ ਨੰਬਰ 1। ਇਹ ਲੜਾਈ ਫਿਰੋਜ਼ ਸ਼ਾਹ ਜਾਂ ਫੇਰੂ ਸ਼ਹਿਰ ਦੇ ਵਿੱਚ ਲੜੀ ਗਈ ਸੀ। ਇਸ ਵਿੱਚ ਸਿੱਖਾਂ ਦੀ ਗਵਾਹੀ ਕੀਤੀ ਸੀ ਲਾਲ ਸਿੰਘ ਅਤੇ ਤੇਜਾ ਸਿੰਘ ਨੇ, ਅਤੇ ਜਿਹੜੀ ਅੰਗਰੇਜ਼ਾਂ ਦੀ ਗਵਾਹੀ ਕੀਤੀ ਸੀਗੀ ਉਹ 3 ਜਿਹੜੇ ਬ੍ਰਿਟਿਸ਼ ਅਫਸਰ ਸੀਗੇ, ਹਿਊਂਗਫ ਅਤੇ ਜਾਨ ਲਿਟਰ ਅਤੇ ਜਿਹੜਾ ਲਾਰਡ ਹਾਰਡਿੰਗ, ਇਹਨਾਂ ਨੇ ਕੀਤੀ ਸੀਗੀ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 14, ਬਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ ਸੀ? ਜਿਹੜੀ ਬਦੋਵਾਲ ਦੀ ਲੜਾਈ ਸੀਗੀ ਉਹਦੇ ਵਿੱਚ ਜਿਹੜੀ ਅਗਵਾਈ ਕੀਤੀ ਸੀ ਉਹ ਕੀਤੀ ਸੀ ਸਰਦਾਰ ਰਣਜੋਤ ਸਿੰਘ ਮਜੀਠੀਆ ਨੇ, ਆਪਸ਼ਨ ਨੰਬਰ 3 ਆਪਣੇ ਕੋਲ ਸਹੀ ਆ ਜਾਂਦਾ ਜੀ। ਅਤੇ ਜਿਹੜੀ ਅੰਗਰੇਜ਼ਾਂ ਦੀ ਆ ਜਿਹੜੀ ਅਗਵਾਈ ਆ ਉਹ ਕੀਤੀ ਸੀਗੀ ਹੈਰੀ ਸਮਿਥ ਨੇ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 15, ਬਦੋਵਾਲ ਦੀ ਲੜਾਈ ਕਦੋਂ ਹੋਈ ਸੀ? 21 ਜਨਵਰੀ 1846 ਦੇ ਵਿੱਚ, 21 ਫਰਵਰੀ 1846 ਦੇ ਵਿੱਚ, 21 ਮਾਰਚ 1846 ਦੇ ਵਿੱਚ, ਜਾਂ 21 ਅਪ੍ਰੈਲ 1846 ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆਊਗੀ ਨੰਬਰ 1, 21 ਜਨਵਰੀ 1846 ਦੇ ਵਿੱਚ। ਇਹ ਮੈਂ ਪਹਿਲਾਂ ਦੱਸ ਹੀ ਚੁੱਕਿਆ ਵਾਂ ਵੀ ਜਿਹੜੀ ਹੈਗੀ ਸਿੱਖਾਂ ਦੀ ਗਵਾਹੀ ਇਹਦੇ ਵਿੱਚ ਸਰਦਾਰ ਰਣਜੋਤ ਸਿੰਘ ਮਜੀਠੀਆ ਨੇ ਕੀਤੀ ਸੀ, ਅਤੇ ਜਿਹੜੇ ਅੰਗਰੇਜ਼ਾਂ ਦੀ ਗਵਾਹੀ ਸੀਗੀ ਉਹ ਹੈਰੀ ਸਮਿਥ ਨੇ ਕੀਤੀ ਸੀਗੀ। ਅਲੀਵਾਲ ਦੀ ਲੜਾਈ ਕਦੋਂ ਹੋਈ ਸੀ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 28 ਜਨਵਰੀ 1846 ਦੇ ਵਿੱਚ, 28 ਫਰਵਰੀ 1846 ਦੇ ਵਿੱਚ, 28 ਮਾਰਚ 1846, ਜਾਂ 28 ਅਪ੍ਰੈਲ 1846। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆਜੂਗਾ ਜੀ 28 ਜਨਵਰੀ 1846, ਆਪਸ਼ਨ ਨੰਬਰ 1। ਇਸ ਲੜਾਈ ਦੇ ਵਿੱਚ ਕੀ ਹੁੰਦਾ, ਬਦੋਵਾਲ ਦੀ ਲੜਾਈ ਆ ਜਿਹੜਾ ਹੈਰੀ ਸਮਿਥ ਹੈਗਾ ਉਹ ਹਾਰ ਜਾਂਦਾ ਵਾ, ਉਹ ਹਾਰ ਦਾ ਬਦਲਾ ਲੈਣ ਲਈ ਕੀ ਕਰਦਾ ਵਾ, ਜਿਹੜੀ ਅਲੀਵਾਲ ਥਾਂ ਦੇ ਉੱਤੇ ਰਣਜੋਤ ਸਿੰਘ ਉੱਤੇ ਜਿਹੜਾ ਹਮਲਾ ਕਰ ਦਿੰਦਾ ਵਾ, ਇਹ ਲੜਾਈ ਉੱਥੇ ਹੁੰਦੀ ਹੈਗੀ। ਇਸ ਦੇ ਵਿੱਚ ਵੀ ਜਿਹੜਾ ਰਣਜੋਤ ਸਿੰਘ ਹੈਗਾ ਉਹ ਸਿੱਖਾਂ ਦੀ ਗਵਾਹੀ ਕਰਦਾ, ਅਤੇ ਜਿਹੜਾ ਹੈਰੀ ਸਮਿਥ ਆ ਉਹ ਅੰਗਰੇਜ਼ਾਂ ਦੀ। ਪ੍ਰਸ਼ਨ ਨੰਬਰ 17, ਅਲੀਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਗਵਾਹੀ ਕਿਸਨੇ ਕੀਤੀ? ਇਹ ਮੈਂ ਪਹਿਲਾਂ ਦੱਸ ਹੀ ਚੁੱਕਿਆ ਵਾਂ ਵੀ ਜਿਹੜੀ ਆ ਸਰਦਾਰ ਰਣਜੋਤ ਸਿੰਘ ਮਜੀਠੀਆ ਨੇ ਕੀਤੀ ਸੀਗੀ ਹੈਰੀ ਸਮਿਥ ਦੇ ਖਿਲਾਫ। ਪ੍ਰਸ਼ਨ ਨੰਬਰ 18, ਹੈਰੀ ਸਮਿਥ ਨੇ ਅੰਗਰੇਜ਼ਾਂ ਦੀ ਅਗਵਾਹੀ ਕਿਸ ਲੜਾਈ ਵਿੱਚ ਕੀਤੀ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, ਮੁਦਕੀ ਦੀ ਲੜਾਈ, ਅਫਗਾਨ ਯੁੱਧ, ਫਿਰੋਜ਼ ਸ਼ਾਹ ਦੀ ਲੜਾਈ, ਜਾਂ ਸਭਰਾਉਂ ਦੀ ਲੜਾਈ। ਤਾਂ ਇਹਦੇ ਵਿੱਚ ਰਾਈਟ ਆਂਸਰ ਆਜੂ ਆਪਣੇ ਕੋਲ ਫਿਰੋਜ਼ ਸ਼ਾਹ ਦੀ ਲੜਾਈ। ਇਹ ਦੋ ਲੜਾਈਆਂ ਸੀਗੀਆਂ ਜਿਹੜੀਆਂ ਹੈਰੀ ਸਮਿਥ ਨੇ ਕੀਤੀਆਂ ਸੀਗੀਆਂ, ਅਲੀਵਾਲ ਦੀ ਅਤੇ ਜਿਹੜੀ ਹੈਗੀ ਫਿਰੋਜ਼ ਸ਼ਾਹ ਦੀ। ਕਿਹਦੇ ਖਿਲਾਫ ਕੀਤੀਆਂ ਸੀਗੀਆਂ? ਇਹ ਰਣਜੋਤ ਸਿੰਘ ਮਜੀਠੀਆ ਦੇ ਖਿਲਾਫ। ਪ੍ਰਸ਼ਨ ਨੰਬਰ 19, ਲਾਹੌਰ ਦੀ ਸੰਧੀ ਕਦੋਂ ਹੋਈ ਸੀਗੀ? ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 9 ਜਨਵਰੀ 1846 ਦੇ ਵਿੱਚ, 9 ਫਰਵਰੀ 1846 ਦੇ ਵਿੱਚ, 9 ਮਾਰਚ 1846 ਦੇ ਵਿੱਚ, ਜਾਂ 9 ਜੂਨ 1846 ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਆਜੂਗਾ ਜੀ 9 ਮਾਰਚ 1846 ਦੇ ਵਿੱਚ, ਆਪਸ਼ਨ ਨੰਬਰ 3 ਰਾਈਟ। ਪ੍ਰਸ਼ਨ ਨੰਬਰ 20, ਸ਼ਾਮ ਸਿੰਘ ਅਟਾਰੀ ਵਾਲਾ ਕਿਸ ਲੜਾਈ ਵਿੱਚ ਸ਼ਹੀਦ ਹੋਏ? ਤਾਂ ਚਾਰ ਆਪਸ਼ਨ ਆ ਜਾਂਦੀਆਂ ਨੇ, ਮੁਦਕੀ ਦੀ ਲੜਾਈ, ਬਦੋਵਾਲ ਦੀ ਲੜਾਈ, ਫਿਰੋਜ਼ ਸ਼ਾਹ ਦੀ ਲੜਾਈ, ਜਾਂ ਸਭਰਾਉਂ ਦੀ ਲੜਾਈ। ਤਾਂ ਇੱਥੇ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਆ ਲਾਸਟ ਲੜਾਈ ਦੇ ਵਿੱਚ ਇਹ ਜਿਹੜੇ ਸ਼ਾਮ ਸਿੰਘ ਅਟਾਰੀ ਵਾਲਾ ਸੀਗੇ ਜਿਹੜੇ ਇਹ ਸ਼ਹੀਦ ਹੋਏ ਸੀ, ਤਾਂ ਉਹ ਜਿਹੜੀ ਲਾਸਟ ਅਤੇ ਨਿਰਣਾਇਕ ਲੜਾਈ ਸੀਗੀ ਉਹਦਾ ਨਾਂ ਕੀ ਆ? ਸਭਰਾਉਂ। ਸਭਰਾਉਂ ਦੀ ਲੜਾਈ ਦੇ ਵਿੱਚ ਜਿਹੜੇ ਸ਼ਾਮ ਸਿੰਘ ਅਟਾਰੀ ਵਾਲਾ ਸੀਗੇ ਇਹ ਸ਼ਹੀਦ ਹੋਏ ਸੀਗੇ। ਜਦੋਂ ਲਾਲ ਸਿੰਘ ਅਤੇ ਤੇਜਾ ਸਿੰਘ ਅੱਗੇ ਜਿਹੜੀ ਇਹ ਗਦਾਰੀ ਕਰ ਜਾਂਦੇ ਨੇ, ਭੱਜ ਜਾਂਦੇ ਨੇ, ਤਾਂ ਫਿਰ ਜਿਹੜਾ ਮੋਰਚਾ ਵਾ ਉਹ ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਸੰਭਾਲਦਾ ਹੁੰਦਾ। ਪ੍ਰਸ਼ਨ ਨੰਬਰ 21, ਸਭਰਾਉਂ ਦੀ ਲੜਾਈ ਕਦੋਂ ਹੋਈ? ਚਾਰ ਆਪਸ਼ਨ ਆ ਜਾਂਦੀਆਂ ਨੇ, 10 ਜਨਵਰੀ 1846, 10 ਫਰਵਰੀ 1846, 10 ਮਾਰਚ 1846, ਜਾਂ 10 ਜੂਨ 1846। ਤਾਂ ਇਹਦੇ ਵਿੱਚ ਜਿਹੜੀ ਆਪਣੇ ਕੋਲ ਰਾਈਟ ਆਂਸਰ ਆਜੂਗੀ ਉਹ ਆਜੂਗੀ 10 ਫਰਵਰੀ 1846, ਆਪਸ਼ਨ ਨੰਬਰ 2 ਰਾਈਟ ਆਜੂਗਾ ਜੀ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 22, ਭੈਰੋਵਾਲ ਦੀ ਸੰਧੀ ਕਦੋਂ ਹੋਈ ਸੀਗੀ? ਭੈਰੋਵਾਲ ਦੀ ਸੰਧੀ ਸੀਗੀ ਜਿਹੜੀ
ਤੀਜੀ ਸੰਧੀ ਸੀਗੀ। ਇਹ ਕਦੋਂ ਹੋਈ ਸੀ ਤਾਂ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 16 ਨਵੰਬਰ 1846 ਦੇ ਵਿੱਚ, 16 ਅਗਸਤ 1846 ਦੇ ਵਿੱਚ, 16 ਦਸੰਬਰ 1846 ਦੇ ਵਿੱਚ, ਜਾਂ 16 ਅਕਤੂਬਰ 1846 ਦੇ ਵਿੱਚ। ਤਾਂ ਜਿਹੜੀ ਭੈਰੋਵਾਲ ਦੀ ਜਿਹੜੀ ਸੰਧੀ ਸੀਗੀ ਇਹ ਹੋਈ ਸੀਗੀ 5 ਦਸੰਬਰ 1846 ਦੇ ਵਿੱਚ। ਪ੍ਰਸ਼ਨ ਨੰਬਰ 23, ਭੈਰੋਵਾਲ ਦੀ ਸੰਧੀ ਦੀਆਂ ਸ਼ਰਤਾਂ ਕਿਸ ਸਾਲ ਤੱਕ ਲਾਗੂ ਹੋਈਆਂ? ਤਾਂ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਆ ਜਾਂਦੀਆਂ ਨੇ, 1851 ਤੱਕ, 1852 ਤੱਕ, 1853 ਤੱਕ, ਜਾਂ 1854 ਤੱਕ। ਤਾਂ ਇਹਦੇ ਵਿੱਚ ਜਿਹੜੀ ਆਪਣੇ ਕੋਲ ਰਾਈਟ ਆਂਸਰ ਆਊਗੀ ਉਹ ਆਊਗੀ ਆਪਸ਼ਨ ਨੰਬਰ 4, 1854 ਤੱਕ ਜਿਹੜੀਆਂ ਇਹ ਸ਼ਰਤਾਂ ਸੀਗੀਆਂ ਲਾਗੂ ਹੋਈਆਂ ਸੀਗੀਆਂ। ਪ੍ਰਸ਼ਨ ਨੰਬਰ 24, ਲਾਹੌਰ ਦੀ ਦੂਜੀ ਸੰਧੀ ਜਾਂ ਸਹਾਇਕ ਸੰਧੀ ਕਦੋਂ ਹੋਈ ਸੀ? ਤਾਂ ਚਾਰ ਆਪਸ਼ਨ ਆ ਜਾਂਦੀਆਂ ਨੇ, 11 ਜਨਵਰੀ 1846, 11 ਫਰਵਰੀ 1846, 11 ਮਾਰਚ 1846, ਜਾਂ 11 ਜੂਨ 1846। ਦੇਖੋ ਇਹਦੇ ਵਿੱਚ ਕੀ ਹੈ, ਜਿਹੜੀ ਲਾਹੌਰ ਦੀ ਪਹਿਲੀ ਸੰਧੀ ਸੀਗੀ ਉਹ 9 ਮਾਰਚ 1846 ਨੂੰ ਹੋਈ ਸੀ, ਤਾਂ ਜਿਹੜੀ ਲਾਹੌਰ ਦੀ ਦੂਜੀ ਜਾਂ ਸਹਾਇਕ ਸੰਧੀ ਸੀਗੀ ਇਹ ਹੋਈ ਸੀ 2 ਦਿਨਾਂ ਬਾਅਦ, ਮਤਲਬ 11 ਮਾਰਚ 1846 ਨੂੰ ਹੋਈ ਸੀਗੀ। ਤਾਂ ਆਪਣੇ ਕੋਲ ਜਿਹੜਾ ਰਾਈਟ ਆਂਸਰ ਆਜੂਗਾ ਉਹ ਆਜੂਗਾ ਆਪਸ਼ਨ ਨੰਬਰ 3, 11 ਮਾਰਚ 1846। ਇਹ ਸੀਗੇ ਪਹਿਲੇ ਐਂਗਲੋ ਸਿੱਖ ਯੁੱਧ ਦੇ ਜਿਹੜੇ ਐਮ ਸੀ ਕਿਊਜ਼, ਜਿੰਨੇ ਵੀ ਐਮ ਸੀ ਕਿਊਜ਼ ਬਣਦੇ ਸੀ ਉਹ ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਕਵਰ ਕਰ ਲਏ ਨੇਗੇ। ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਜੇਕਰ ਤੁਹਾਡਾ ਕੋਈ ਸੁਝਾਅ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਅਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ।